ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਇਹ ਉਹ ਨਾਮ ਹੈ ਜਿਸ ਨੂੰ ਸੁਣ ਕੇ ਅੱਜ ਵੀ ਸਿੱਖ ਕੌਮ ਨਾਲ ਧੱਕਾ ਕਰਨ ਵਾਲੇ ਕਈਆਂ ਦੇ ਦਿਲ ਕੰਬ ਉੱਠਦੇ ਨੇ। ਤੇ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਰੇ ਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਤੇ ਜਾਣਾਂਗੇ ਕਿ ਇੱਕ ਹਾਕੀ ਦੇ ਖਿਡਾਰੀ ਨੇ ਕਿਹੜੇ ਕਾਰਨਾਂ ਕਰਕੇ ਗੰਦੇ ਸਿਸਟਮ ਦੇ ਖਿਲਾਫ ਹਥਿਆਰ ਚੁੱਕ ਕੇ ਸਿੱਖ ਕੌਮ ਲਈ ਆਪਣਾ ਪੂਰਾ ਜੀਵਨ ਲਾ ਦਿੱਤਾ। ਪੰਜਾਬੀ ਮੂਵੀ ਸਾਡਾ ਯੂਟਿਊਬ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਗਗਨਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਈ ਜਗਤਾਰ ਸਿੰਘ ਹਵਾਰਾ ਦੇ ਬਾਰੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ। ਹੋਰ ਮਸ਼ਹੂਰ ਲੋਕਾਂ ਤੇ ਸਿਤਾਰਿਆਂ ਬਾਰੇ ਜਾਣਨ ਲਈ ਤੁਸੀਂ ਉੱਪਰ ਦਿੱਤੇ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ ਇੱਕ ਆਮ ਜਿਹੇ ਪਰਿਵਾਰ 'ਚ 16 ਮਈ 1972 ਨੂੰ ਫਤਿਹਗੜ੍ਹ ਸਾਹਿਬ ਦੇ ਛੋਟੇ ਜਿਹੇ ਪਿੰਡ ਹਵਾਰਾ ਕਲਾਂ 'ਚ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੇ ਪਿਤਾ ਦੀ ਮੌਤ ਸਾਲ 1991 'ਚ ਹੋ ਗਈ ਸੀ। पर इत्थे तुहानू दसना चाहूंगा कि कई मेरे दोस्त भाई गुरचरण सिंह जी नू उन्हां दे पिता दसदे ने। भाई गुरचरण सिंह जी उन्हां दे धर्म पिता ने। पिंड दे ही सरकारी स्कूल तों पढ़न वाले जगतार सिंह हवारा नू खेडण ते कसरत दा बहुत शौक सी। पढ़ाई दे नाल ही हॉकी खेडण च वी काफ़ी माहिर सी। सब कुछ ठीक चल रहा सी पर भारतीय सरकार वल्लों जदों साल 1984 च 1 तों 8 जून विचकार सिखां दी पवित्र थां श्री हरिमंदर साहब ते टैंकां ते तोपां नाल हमला कीता गया ਤਾਂ ਇਸ ਨੇ ਪੰਜਾਬ ਦਾ ਮਾਹੌਲ ਬਦਲ ਕੇ ਰੱਖ ਦਿੱਤਾ। ਸਿੱਖਾਂ ਅੰਦਰ ਭਾਰਤੀ ਸਰਕਾਰ ਦੇ ਖਿਲਾਫ਼ ਗੁੱਸਾ ਭਰ ਗਿਆ ਅਤੇ ਸਰਕਾਰ ਤੋਂ ਹਰ ਛੋਟੇ ਵੱਡੇ ਤਰੀਕੇ ਨਾਲ ਬਦਲਾ ਅਤੇ ਟਾਕਰਾ ਲੈਣ ਲਈ ਪੰਜਾਬ ਦੇ ਨੌਜਵਾਨਾਂ ਨੇ ਹਥਿਆਰ ਚੁੱਕ ਲਏ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਗੱਡੀ ਚਾੜ ਕੇ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਦਾ ਬਦਲਾ ਲਿਆ ਗਿਆ, ਜਿਸ ਤੋਂ ਬਾਅਦ ਦਿੱਲੀ 'ਚ ਦੰਗੇ ਹੋਏ। ਪੰਜਾਬ ਦਾ ਮਾਹੌਲ ਹੋਰ ਵੀ ਜ਼ਿਆਦਾ ਖਰਾਬ ਹੋ ਗਿਆ। ਸਿਸਟਮ ਦੇ ਖਿਲਾਫ਼ ਹਥਿਆਰ ਚੁੱਕ ਖਾੜਕੂ ਬਣੇ ਨੌਜਵਾਨਾਂ 'ਚੋਂ ਹੀ ਕੁਝ ਜਗਤਾਰ ਸਿੰਘ ਹਵਾਰਾ ਦੇ ਦੋਸਤ ਵੀ ਸੀ। ਪੁਲਿਸ ਇਹਨਾਂ ਨੌਜਵਾਨਾਂ ਨੂੰ ਚੱਕ ਕੇ ਲੈ ਜਾਂਦੀ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਟੌਰਚਰ ਕੀਤਾ ਜਾਂਦਾ। ਇਸੇ ਤਰ੍ਹਾਂ ਹੀ ਸਾਲ 1988 'ਚ ਜਗਤਾਰ ਸਿੰਘ ਹਵਾਰਾ ਨਾਲ ਵੀ ਹੋਇਆ। ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਪਾ ਦਿੱਤਾ ਅਤੇ ਬਹੁਤ ਬੁਰੀ ਤਰ੍ਹਾਂ ਨਾਲ ਟੌਰਚਰ ਕੀਤਾ ਗਿਆ। ਕਰੀਬ 2 ਸਾਲ ਬਾਅਦ ਉਹਨਾਂ ਨੂੰ ਜੇਲ੍ਹ 'ਚੋਂ ਰਿਹਾਅ ਕੀਤਾ ਗਿਆ। ਭਾਈ ਜਗਤਾਰ ਸਿੰਘ ਹਵਾਰਾ ਨੇ ਮੁੜ ਆਪਣੀ ਗੇਮ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਫਰੀਦਕੋਟ ਦੇ ਸਪੋਰਟਸ ਕਲੱਬ 'ਚ ਹਾਕੀ ਖੇਡਣੀ ਸ਼ੁਰੂ ਕਰਤੀ। 4 ਸਾਲ ਤੱਕ ਨੈਸ਼ਨਲ ਹਾਕੀ ਖੇਡੀ ਪਰ ਪੁਲਿਸ ਵੱਲੋਂ ਨੌਜਵਾਨਾਂ ਨੂੰ ਚੱਕ ਕੇ ਲੈ ਜਾਣ ਅਤੇ ਉਹਨਾਂ 'ਤੇ ਤਸ਼ੱਦਦ ਕਰਨ ਦਾ ਕੰਮ ਨਾ ਟਲਿਆ ਅਤੇ ਇਹੀ ਜਗਤਾਰ ਸਿੰਘ ਹਵਾਰਾ ਨਾਲ ਵੀ ਹੁੰਦਾ ਰਿਹਾ। ਪੁਲਿਸ ਦਾ ਜਦੋਂ ਵੀ ਦਿਲ ਕਰਦਾ ਚੱਕ ਕੇ ਲੈ ਜਾਂਦੀ ਅਤੇ ਕੁੱਟਮਾਰ ਕਰਦੀ। ਇਹੋ ਜਿਹਾ ਉਹਨਾਂ ਨਾਲ ਬਹੁਤ ਵਾਰ ਕੀਤਾ ਗਿਆ, ਜਿਸ ਨੇ ਉਹਨਾਂ ਦੇ ਦਿਲ 'ਤੇ ਇੱਕ ਡੂੰਘੀ ਸੱਟ ਮਾਰੀ ਅਤੇ ਉਹਨਾਂ ਨੇ ਆਪਣੇ ਭਰਾਵਾਂ, ਦੋਸਤਾਂ ਅਤੇ ਪੰਜਾਬ ਦੇ ਲੋਕਾਂ ਨਾਲ ਹੋਣ ਵਾਲੇ ਜ਼ੁਲਮ ਦੇ ਖਿਲਾਫ਼ ਲੜਨ ਦਾ ਫੈਸਲਾ ਕੀਤਾ। ਅਤੇ ਇਸ ਤਰ੍ਹਾਂ ਹਾਕੀ ਦਾ ਇੱਕ ਵਧੀਆ ਖਿਡਾਰੀ ਜਿਸ ਨੂੰ ਕਿ ਹਾਕੀ ਨਾਲ ਬਹੁਤ ਪਿਆਰ ਸੀ, ਉਸਨੇ ਆਪਣੀ ਗੇਮ ਛੱਡ ਸਰਕਾਰਾਂ ਦੇ ਜ਼ੁਲਮਾਂ ਦਾ ਬਦਲਾ ਲੈਣ ਲਈ ਹਥਿਆਰ ਚੱਕ ਲਏ। ਸਾਲ 1991 'ਚ ਜਗਤਾਰ ਸਿੰਘ ਹਵਾਰਾ ਬੱਬਰ ਖਾਲਸਾ ਇੰਟਰਨੈਸ਼ਨਲ ਗਰੁੱਪ ਨਾਲ ਜੁੜ ਗਏ। ਗਰੁੱਪ ਨਾਲ ਜੁੜਨ ਤੋਂ ਬਾਅਦ ਸਭ ਤੋਂ ਪਹਿਲਾਂ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਪੁਲਿਸ ਵਾਲਿਆਂ ਨੂੰ ਗੱਡੀ ਚਾੜਿਆ ਜਿਹੜੇ ਲੋਕਾਂ ਉੱਪਰ ਜ਼ੁਲਮ ਕਰਨ ਲਈ ਉਹਨਾਂ ਦੀ ਹਿੱਟ ਲਿਸਟ 'ਤੇ ਸੀ। ਜਗਤਾਰ ਸਿੰਘ ਹਵਾਰਾ ਹਥਿਆਰ ਚੁੱਕਣ ਨਾਲ ਹੀ ਉਹਨਾਂ ਭੈਣਾਂ ਲਈ ਵੀ ਅੱਗੇ ਆਏ ਜਿਹੜੀਆਂ ਸਹੁਰੇ ਪਰਿਵਾਰ ਵੱਲੋਂ ਦਹੇਜ ਲਈ ਤੰਗ ਕੀਤੀਆਂ ਜਾਂਦੀਆਂ ਅਤੇ ਮਾਰ ਕੁੱਟ ਕਰਕੇ ਉਹਨਾਂ ਨੂੰ ਮਾਪਿਆਂ ਦੇ ਛੱਡ ਜਾਂਦੇ। ਇਹੋ ਜਿਹੇ ਲੋਕਾਂ ਦੀ ਅਕਲ ਵੀ ਟਿਕਾਣੇ ਲਾਈ ਅਤੇ ਕਈ ਭੈਣਾਂ ਦਾ ਘਰ ਮੁੜ ਵਸਾਇਆ। ਸ਼੍ਰੀ ਹਰਿਮੰਦਰ ਸਾਹਿਬ ਉੱਪਰ ਕੀਤੇ ਹਮਲੇ ਦੀ ਅੱਗ ਬਹੁਤ ਭਖ ਚੁੱਕੀ ਸੀ ਅਤੇ ਦੂਜਾ ਲੋਕਾਂ ਨਾਲ ਪੁਲਿਸ ਵੱਲੋਂ ਹੋ ਰਹੇ ਜ਼ੁਲਮਾਂ ਲਈ ਵੀ ਸਿੱਖ ਨੌਜਵਾਨ ਖਾੜਕੂ ਬਣਨ ਲੱਗ ਗਏ। ਇਸੇ ਤਰ੍ਹਾਂ ਸਾਲ 1992 'ਚ ਬੇਅੰਤ ਸਿੰਘ, ਜੋ ਕਿ ਪੰਜਾਬ ਦਾ 12ਵਾਂ ਮੁੱਖ ਮੰਤਰੀ ਬਣਿਆ, ਉਸਨੇ ਪੁਲਿਸ ਵਾਲਿਆਂ ਨੂੰ ਖੁੱਲ੍ਹ ਦਿੱਤੀ ਕਿ ਜਿੱਥੇ ਵੀ ਤੁਹਾਨੂੰ ਕੋਈ ਨੌਜਵਾਨ ਖੜਕੂ ਜਾਂ ਹਰਿਮੰਦਰ ਸਾਹਿਬ 'ਤੇ ਹਮਲੇ ਦੇ ਖਿਲਾਫ਼ ਆਵਾਜ਼ ਚੁੱਕਦਾ ਮਿਲਦਾ ਹੈ, ਉਹਨਾਂ ਦੀ ਆਵਾਜ਼ ਨੂੰ ਦੱਬ ਦਿੱਤਾ ਜਾਵੇ, ਫਿਰ ਚਾਹੇ ਤੁਹਾਨੂੰ ਇਸ ਲਈ ਕੁਝ ਵੀ ਕਿਉਂ ਨਾ ਕਰਨਾ ਪਵੇ। ਪੁਲਿਸ ਵਾਲਿਆਂ ਨੇ ਜਿੱਥੇ ਵੀ ਕੋਈ ਨੌਜਵਾਨ ਨਜ਼ਰ ਆਉਂਦਾ, ਭਾਵੇਂ ਉਹ ਖੜਕੂ ਹੁੰਦਾ ਜਾਂ ਨਾ, ਉਸਨੂੰ ਖੜਕੂ 10 ਚੱਕ ਲੈਂਦੇ, ਫਿਰ ਉਸਦੇ ਗੋਲੀ ਮਾਰ ਕੇ ਝੂਠਾ ਮੁਕਾਬਲਾ ਬਣਾ ਦਿੰਦੇ। ਪੁਲਿਸ ਅਫਸਰਾਂ ਨੇ ਪ੍ਰਮੋਸ਼ਨ ਦੇ ਲਾਲਚ ਅੰਨੇ ਹੋ ਕੇ ਜਿਹੜਾ ਵੀ ਕੋਈ ਨਜ਼ਰ ਆਉਂਦਾ ਉਸਨੂੰ ਮਾਰ ਦਿੰਦੇ। ਔਰ ਦੋਸਤੋ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸੇ ਤਰ੍ਹਾਂ ਪੰਜਾਬ 'ਚੋਂ ਕਰੀਬ 1.5 ਲੱਖ ਨੌਜਵਾਨ ਮਾਰ ਦਿੱਤਾ ਗਿਆ ਸੀ। ਇਸ ਬਾਰੇ ਦ ਇੰਟਰਨੈਸ਼ਨਲ ਹਿਊਮਨ ਰਾਈਟਸ ਔਰਗਨਾਈਜੇਸ਼ਨ ਵੱਲੋਂ ਇੱਕ ਸਰਵੇ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਹੈਰਾਨ ਕਰਦਾ ਅੰਕੜਾ ਸਾਹਮਣੇ ਆਇਆ। ਖੜਕੂਆਂ ਲਈ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਬਹੁਤ ਜ਼ਿਆਦਾ ਇੱਜ਼ਤ ਸੀ, ਕਿਉਂਕਿ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ 'ਤੇ ਪੰਜਾਬ ਦੇ ਲੋਕਾਂ ਲਈ ਉਹ ਲੜ ਰਹੇ ਸੀ, ਜਿਸ ਕਰਕੇ ਸਿਸਟਮ ਅਤੇ ਪੁਲਿਸ ਵਾਲਿਆਂ ਨੇ ਇੱਕ ਗੰਦੀ ਚਾਲ ਖੇਡਦੇ ਹੋਏ ਖਾੜਕੂਆਂ ਨੂੰ ਬਦਨਾਮ ਕਰਨ ਲਈ ਪੰਜਾਬ 'ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਬੱਸਾਂ 'ਚੋਂ ਉਤਾਰ ਉਤਾਰ ਕੇ ਗੋਲੀ ਮਾਰਨੀ ਸ਼ੁਰੂ ਕਰਤੀ। ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖੇਡਣ ਲੱਗੇ ਅਤੇ ਇਸ ਦਾ ਇਲਜ਼ਾਮ ਲਾਇਆ ਜਾਂਦਾ ਪੰਜਾਬ ਦੇ ਸਿੱਖ ਨੌਜਵਾਨ 'ਤੇ ਜਾਂ ਖਾੜਕੂਆਂ 'ਤੇ। ਦਿਨੋਂ ਦਿਨ ਇਹ ਕੰਮ ਵੱਧਦਾ ਜਾ ਰਿਹਾ ਸੀ। ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਦੀ ਜੜ੍ਹ ਪੁੱਟਣ ਲਈ
भाई दिलावर सिंह जो कि बेअंत सिंह दे बॉडीगार्ड की ड्यूटी कर रहे थे उन्होंने मिल के पंजाब चो हो रहे जुल्मां की जड़ बेअंत सिंह नू मारन लई प्लान तैयार किया। 31 अगस्त 1995 के दिन बेअंत सिंह नू मारिया गया। बेअंत सिंह नू मारन दे मिशन च भाई दिलावर सिंह ने अपने शरीर नाल बंब बन के अपनी जान की परवाह किए बगैर कौम के लोगों से हो रहे जुल्मां नू रोकण लई अपनी शहीदी दित्ती ते बेअंत सिंह नू गड्डी चाड़िया। यह बंब धमाका पंजाब एंड हरियाणा सिविल सैक्रटेरिएट चंडीगढ़ च होया जिस करीब 17 जने की जान गई तो 15 जने जख्मी होए। भाई जगतार सिंह हवारा इस सारे मिशन के मोढ़ी से जिस करके बाद उन्होंने बेअंत सिंह मारन तो करीब 4 महीने बाद जलंधर तो गिरफ्तार किया गया। 22 जनवरी 2004 जगतार सिंह हवारा उदों मुड़ सुरखियां आए जो उन्होंने चंडीगढ़ की हाई सिक्योरिटी मनी जाने वाली बुड़ैल जेल तो 90 फुट लंबी सुरंग अपने हत्थी पट्टी ते भाई जगतार सिंह तारा ते भाई परमजीत सिंह प्योरा दे नाल भजन च कामयाब रहे। ते इस बारे पंजाबी गायक बब्बू मान भी अपने गीत मरनो मूल ना डरदे च नेजे उत्ते बच्चे टंगे उत्तो लंघियां रेलां सुरंगा पट के लंघ जांदे ने कानू डकदियां जेलां जिन्ने सूरमे उतो वध के मुखबर सरकारी ने लाइना राही अपने गीत च जिक्र किया है। कुछ रिपोर्टां दे मुताबिक 2004 च बुड़ैल चो भजन तो पहला भी साल 1998 च भी भजन की कोशिश की गई सी पर उस समय सफल ना हो सके। बुड़ैल जेल तो भजन तो बाद भाई जगतार सिंह हवारा नू करीब 1.5 साल बाद 20 जून 2005 च दिल्ली तो दोबारा गिरफ्तार किया गया। 2007 च जगतार सिंह हवारा नू चंडीगढ़ कोर्ट ने मोदी सज़ा सुनाई। उन्होंने पंजाब एंड हरियाणा हाई कोर्ट च साल 2010 च दोबारा अपील की उन्होंने सज़ा नू उम्र कैद च बदल दिता गया। फिलहाल भाई जगतार सिंह हवारा अंडर ट्रायल केसिस चों बरी हो चुके हैं ते बेअंत सिंह कतल केस चों उन्हां नू जो उम्र कैद हुई उस लई ओ तिहाड़ जेल च ने। एक न्यूज़ एजेंसी की रिपोर्ट के मुताबिक भाई जगतार सिंह हवारा ते कुल मिला के 37 केस चल रहे सी। दोस्तों इस दे नाल ही 10 नवंबर 2015 च भाई जगतार सिंह हवारा नू सिख जथेबंदियां ते सिख कौम की सहमति नाल सरबत खालसा का जथेदार बनाया गया। भाई जगतार सिंह हवारा की परसनल लाइफ की गल करिए जिस दौरान वह अपने साथियों नाल बुड़ैल जेल तो भजे सी उस समय साल 2005 उन्हां दा व्याह संगरूर के दोहल पिंड के रहण वाले दारा सिंह की बेटी बीबी बलविंदर कौर नाल होया। भाई जगतार सिंह हवारा नू सज़ा भुगतदियां करीब 25 साल का समा हो चुका है पर उन्होंने अज तक भारतीय सरकार की ईन नहीं मनी जिस करके जेल च उन्हां उपर कई तरह दियां पाबंदियां लाईयां गईयां। उन्हां नू शरीरिक ते मानसिक तौर तो तोड़न लई हर तरह की कोशिश की गई पर उन्हां नू चुकाउण दा सुपना अज तक पूरा नहीं हो सकिया ते ना ही कदे पूरा हो सकता है। सो दोस्तों साडे नाल ही तुसीं वी भाई जगतार सिंह हवारा जी की सेहत ते सलामती लई अरदास जरूर करियो जिन्हां ने अपनी कौम लई अपनी उम्र वार दित्ती। उम्मीद करते हैं कि भाई जगतार सिंह हवारा के जीवन ते कौम की चढ़दी कला लई उन्होंने योगदान बारे जान के थानू चंगा लग्या होना है। जानकारी किवें दी लगी कमेंट करके जरूर दस्यो और जे पसंद आई तो वीडियो नू लाइक करके अपना प्यार देण नाल ही वध तो वध शेयर भी जरूर करियो। इस वीडियो च सिर्फ इन्नी ही जानकारी। मैं गगनदीप लैना हूँ थोड़े तो इजाजत ते मिलते हैं जल्दी ही किसी होर नवी जानकारी नाल। उदों तक जुड़े रहो चैनल नाल। चैनल अपडेट्स लई पंजाबी मूवीज़ अड्डा यूट्यूब चैनल नू सबसक्राइब करो ते पहला नोटिफिकेशन लैण लई बैल आइकन ते प्रेस करो।